हेलो जी, सत श्री अकाल जी सारिआं नूं। होर किद्दां मेरी यूट्यूब फैमिली? आई होप कि तुसीं सारे ठीक होवोगे, अपने अपने घरां दे विच तंदुरुस्त ते चढ़दी कला विच होवोगे। वाहिगुरू तुहानूं सारियां खुशियां देवे। मैं भी ठीक हाँ। इह अजे शाम दा टाइम है, 4 बजे दा। ते अज आपां लगे हां सारे विहड़े च पोचा फेरन। देखो किन्ना विहड़ा खराब होया पिआ। आह जिहड़ा अपना बूटा है अनार दा ते अमरूद दा, इक्के थां ते लग्गा होया वा। ਇੱਥੇ ਮੈਂ ਮੰਮੀ ਨੂੰ ਮਿੱਟੀ ਵੀ ਸੁੱਟ ਦਿੱਤੀ ਸੀ, ਮਿੱਟੀ ਬਾਹਰੋਂ ਪੈਲੀਆਂ ਦੇ ਵਿੱਚੋਂ ਲਿਆਂਦੀ ਸੀ, ਇੱਥੇ ਪਈ ਸੀ। ਅਤੇ ਗੋਹਾ ਚੱਕ ਕੇ ਲਿਆਂਦਾ ਅਤੇ ਮੰਮੀ ਘੋਲਣ ਲੱਗ ਪਈ। ਗੋਹਾ ਗਾ ਮੈਂ ਸੁੱਟਦਾ ਸੀ ਅਤੇ ਮੈਂ ਮੰਮੀ ਨੂੰ ਕਿਹਾ ਤੂੰ ਘੋਲ ਦੇ, ਅਤੇ ਮੈਂ ਉਹਨਾਂ 'ਚ ਕੱਪੜੇ ਧੋਲੇ, ਕਿਉਂਕਿ ਕੱਪੜੇ ਧੋਣੇ ਵੀ ਬਹੁਤ ਜ਼ਰੂਰੀ ਆ, ਬਹੁਤ ਹੀ ਜ਼ਿਆਦਾ। ਮੰਮੀ ਦੇ ਘੋਲਦਿਆਂ ਘੁਲਦਿਆਂ ਤੱਕ ਮੈਂ ਵਾਹ ਵਾਹ ਕੱਪੜੇ ਵੀ ਧੋਲੇ, ਘੰਟਾ ਹੀ ਲੱਗ ਗਿਆ ਉਹਨਾਂ ਮੇਰੇ ਖਿਆਲ ਨਾਲ। 3 ਵਜੇ ਦੀ ਲੱਗੀ ਸੀ, 4 ਵਜੇ ਮਸਾਂ ਵਿਹਲੀ ਹੋਈ ਕੱਪੜੇ ਧੋ ਕੇ। ਦੇਖੋ ਜੀ, ਬਾਕੀ ਸਾਰੇ ਕੰਮ ਭਾਵੇਂ ਰਹਿ ਜਾਣ, ਇੱਕ ਕੱਪੜੇ ਨਹੀਂ ਰਹਿੰਦੇ। ਕੱਪੜੇ ਤਾਂ ਡੇਲੀ ਦੇ ਡੇਲੀ ਧੋਣੇ ਵੀ ਪੈਂਦੇ ਆ, ਫਿਰ ਜਿੰਨਾ ਚਿਰ ਨਾ ਧੋਈਏ ਉਨਾ ਚਿਰ ਦਲਿੱਦਰ ਜਾ ਨਹੀਂ ਜਾਂਦਾ ਕਰੋ। ਅਤੇ ਮੈਂ ਕੱਪੜੇ ਧੋਂਦੀ ਸੀ, ਬੱਚੇ ਵੀ ਨਵਾਤੇ ਸੀ। ਦੇਖੋ ਮਾੜਾ ਮਾੜਾ ਪਰੇ ਪਰਛਾਵਾਂ ਢਲ ਗਿਆ ਸੀ। ਉਂਝ ਤਾਂ ਅਸੀਂ ਦੁਪਹਿਰੇ ਫੇਰ ਲੈਣਾ ਸੀ, ਬਟ ਧੁੱਪ ਬਹੁਤ ਜ਼ਿਆਦਾ ਸੀ। ਮੈਂ ਕਿਹਾ ਮੈਂ ਬਿਮਾਰ ਹੋਵਾਂਗੀ, ਇਸ ਕਰਕੇ ਠੰਡੇ ਹੋਏ ਫੇਰਨ ਲੱਗਿਆ। ਕਾਫੀ ਹਨੇਰਾ ਹੋ ਗਿਆ ਸੀ ਫਿਰਦੇ ਫਿਰਦੇ। ਇੱਥੇ ਪੋਚਾ ਆਪਣਾ ਸਾਰਾ ਹੀ ਘੋਲਿਆ ਗਿਆ ਸੀ। ਉਸ ਤੋਂ ਬਾਅਦ ਮੰਮੀ ਪਾਣੀ ਤਰੌਂਕਣ ਲੱਗ ਪਈ ਅਤੇ ਚਾਹ ਵੀ ਬਣਾ ਲਈ ਸੀ ਇੱਥੇ। ਅਤੇ ਮੈਂ ਪਾਣੀ ਮੰਜਾ ਡਾ ਕੇ ਅਤੇ ਪਾਣੀ ਪੀ ਕੇ ਅਤੇ ਕੱਪੜੇ ਸੁੱਕਣੇ ਪਾਉਣੇ। ਆਹ ਦੇਖੋ ਆਪਣਾ ਐਡਾ ਵੱਡਾ ਵਿਹੜਾ, ਪੋਚਾ ਫੇਰਦੇ ਫਿਰਦੇ ਸ਼ਾਮਾਂ ਹੀ ਪੈ ਜਾਣੀਆਂ ਵਾ। ਪਰ ਇਹ ਆਪਣੇ ਨਾ ਪਰਲੀ ਸਾਈਡ ਡੰਗਰ ਆ ਅਤੇ ਇਹ ਸਾਹਮਣੇ ਆਪਣਾ ਕਮਰਾ ਵਾ। ਅਤੇ ਉਹ ਸਿਕੰਦਰ ਸੁਲਤਾਨ ਹੋਣੀ ਦੇਖੋ ਨਹਾ ਧੋ ਕੇ ਕਿੱਦਾਂ ਬੈਠੇ ਆ। ਆਪਣੇ ਕੱਪੜੇ ਬਹੁਤ ਜ਼ਿਆਦਾ ਹੋਏ ਸੀ, 2 ਸੂਟ ਇਹਨਾਂ ਦੇ ਪਾਪਾ ਦੇ ਹੋਏ ਸੀ। ਮੈਂ ਕਿਹਾ ਉਹਨਾਂ ਨੇ ਵੀ ਆ ਜਾਣਾ, ਫਿਰ ਗੁੱਸੇ ਹੋਣਗੇ। ਅਤੇ ਇਸ ਕਰਕੇ ਕੱਪੜੇ ਵੀ ਧੋਣੇ ਜ਼ਰੂਰੀ ਆ। ਮੈਂ ਫਟਾਫਟ ਕੱਪੜੇ ਧੋਤੇ ਅਤੇ ਉਹਨੇ ਚਿਰ ਚ ਨਾਲੇ ਮੰਮੀ ਨੇ ਪਾਣੀ ਪੂਣੀ ਤਰੌਂਕਿਆ, ਪੋਚਾ ਘੋਲਿਆ। ਅਤੇ ਇੱਕ ਆਪਾਂ ਚੁੱਲ੍ਹੇ ਦੀ ਮਿੱਟੀ ਵੀ ਘੋਲ ਕੇ ਰੱਖੀ, ਉਹ ਜਾਂ ਕੱਲ੍ਹ ਨੂੰ ਜਾਂ ਪਰਸੋਂ ਨੂੰ ਲਾਵਾਂਗੇ, ਕਿਉਂਕਿ ਇੱਦਾਂ ਔਖਾ ਹੋ ਜਾਂਦਾ ਇੱਕ ਦਿਨ 'ਚ ਸਾਰੇ ਕੰਮ ਕਰਨੇ, ਨਿੱਕੇ ਨਿੱਕੇ ਕੰਮ ਹੀ ਨਹੀਂ ਮੁੱਕਦੇ। ਅਤੇ ਇੱਥੇ ਆਪਾਂ ਚਾਹ ਪਾਣੀ ਪੀ ਲਿਆ ਸੀ, ਕੱਪੜੇ ਮੇਰੇ ਸਾਰੇ ਸੁੱਕਣੇ ਪੈ ਗਏ ਸੀ। ਅਤੇ ਇੱਥੇ ਆਪਾਂ ਪੋਚਾ ਵੀ ਸੁੱਟ ਲਿਆ, ਇੱਥੋਂ ਸਟਾਰਟ ਕਰਾਂਗੇ। ਅਤੇ ਇਹਨਾਂ ਨੂੰ ਵੱਖਰੀਆਂ ਵੱਖਰੀਆਂ ਮੰਜਿਆਂ 'ਤੇ ਬਿਠਾ ਦਿੱਤਾ ਸੀ, ਕਿਉਂਕਿ ਦੋਵੇਂ ਭਰਾ ਬਹੁਤ ਜ਼ਿਆਦਾ ਲੜਦੇ ਆ। ਅਤੇ ਇੱਥੇ ਇੱਧਰਲੀ ਸਾਈਡ ਮੈਂ ਸ਼ੁਰੂ ਕਰੂੰਗੀ, ਇੱਧਰਲੀ ਸਾਈਡ ਮੰਮੀ। ਦੇਖੋ ਜੀ, ਪਿੰਡਾਂ ਦੇ ਵਿੱਚ ਇਹ ਰਿਵਾਜ਼ ਕਈਆਂ ਦੇ ਘਰਾਂ 'ਚ ਹਾਲੇ ਵੀ ਚੱਲਦਾ, ਨਹੀਂ ਤਾਂ ਲੋਕਾਂ ਸਾਰਿਆਂ ਨੇ ਪੱਕੇ ਥਾਂ ਕਰਵਾ ਲਿਆ, ਕੋਈ ਨਹੀਂ ਅੱਜ ਕੱਲ੍ਹ ਪੋਚਾ ਫੇਰਦਾ। ਇੱਕ ਸਾਡੇ ਵਰਗੇ ਹੀ ਆ, ਕਿਉਂਕਿ ਦੇਖੋ ਜੀ ਅੱਗੇ ਤਾਂ ਲੋਕ ਕੰਧਾਂ ਵੀ ਲਿੰਬਦੇ ਹੁੰਦੇ ਸੀ, ਮਿੱਟੀਆਂ ਲਾ ਲਾ ਪੋਚੇ ਫੇਰਦੇ ਹੁੰਦੇ ਸੀ, ਵੱਖਰੇ ਵੱਖਰੇ ਡਿਜ਼ਾਈਨ ਬਣਾਉਂਦੇ ਹੁੰਦੇ। ਹੁਣ ਤਾਂ ਲੋਕ ਵਿਹੜੇ 'ਚ ਨਹੀਂ ਪੋਚਾ ਫੇਰ ਕੇ ਖੁਸ਼। ਪਰ ਦੇਖੋ ਜੀ, ਜਿਹੜੇ ਪਿੰਡਾਂ ਦੇ ਰੀਤੀ ਰਿਵਾਜ਼ ਹੈ ਨਾ, ਇਹ ਜਿਹੜੇ ਪੁਰਾਣੇ ਰਿਵਾਜ਼, ਇਹਨਾਂ ਨੂੰ ਹਾਲੇ ਵੀ ਕਾਇਮ ਰੱਖਣਾ ਜ਼ਰੂਰੀ ਹੈ। ਕਈ ਹਾਲੇ ਵੀ ਇੱਦਾਂ ਹੀ ਫੇਰਦੇ ਆ ਪੋਚਾ। ਅਤੇ ਮੈਂ ਵੀ ਨਾ ਇੱਥੇ ਸਹੁਰੇ ਆਣ ਕੇ ਪੋਚੇ ਦੀ ਜਾਂਚ ਸਿੱਖੀ, ਪਹਿਲਾਂ ਮੈਂ ਵੀ ਨਹੀਂ ਸਿੱਖੀ, ਬਟ ਮੈਨੂੰ ਥੋੜ੍ਹੀ ਥੋੜ੍ਹੀ ਹੈਗੀ ਸੀ, ਫਿਰ ਮੈਂ ਉੱਥੇ ਕਦੀ ਫੇਰਿਆ ਨਹੀਂ, ਇਸ ਕਰਕੇ ਚਲੋ ਇੱਥੇ ਤਾਂ ਹੁਣ ਗਾਹ ਆਪਣੇ ਬੱਚੇ ਵੀ ਵੱਡੇ ਹੁੰਦੇ ਆ, ਸਾਰੇ ਕੰਮ ਸਿੱਖੀਏ ਤਾਂ ਫੇਰ ਹੀ ਫਾਇਦਾ ਹੁੰਦਾ ਵਾ। ਜੇ ਕਿਸੇ ਕੰਮ ਦੀ ਨਾ ਜਾਂਚ ਹੋਈ ਤਾਂ ਆਪਾਂ ਕੀ ਕਰਾਂਗੇ। ਅਤੇ ਹੌਲੀ ਹੌਲੀ ਮੈਂ ਸਾਰਿਆਂ ਕੰਮਾਂ ਦੀ ਜਾਂਚ ਸਿੱਖਣ ਦੇਈ ਹਾਂ। ਜੇ ਹਾਲੇ ਇਹੋ ਜਿਹੇ ਕੰਮ ਵੀ ਹੈਗੇ ਜਿਹੜੇ ਮੈਨੂੰ ਨਹੀਂ ਕਰਨੇ ਆਉਂਦੇ, ਨਾ ਤਾਂ ਮੈਨੂੰ ਮਿੱਟੀ ਲਾਉਣੀ ਆਉਂਦੀ ਆ, ਹੋਰ ਵੀ ਛੋਟੇ ਮੋਟੇ ਕੰਮ ਹੈਗੇ ਆ ਜਿਹੜੇ ਇੱਦਾਂ ਲਿੰਬਣ ਪੋਚਣ ਦੇ, ਨਾ ਤਾਂ ਮੈਨੂੰ ਚੁੱਲ੍ਹਾ ਬਣਾਉਣਾ ਆਉਂਦਾ ਵਾ। ਮੈਂ ਐਵੇਂ ਕਿਉਂ ਕਹਾਂ ਕਿ ਮੈਂ ਬਹੁਤ ਵੱਡੀ, ਮਤਲਬ ਕਿ ਮੈਨੂੰ ਸਾਰਾ ਕੰਮ ਕਰਨਾ ਆਉਂਦਾ ਵਾ? ਨਹੀਂ, ਇੱਡੀ ਗੱਲ ਵੀ ਨਹੀਂ ਹੈਗੀ, ਕਿਸੇ ਨੂੰ ਨਹੀਂ ਆਉਂਦਾ ਹੁੰਦਾ। ਚਲੋ ਕੋਈ ਨਾ, ਹੌਲੀ ਹੌਲੀ ਜਾਂਚ ਸਿੱਖ ਜਾਂਗੇ। ਇੱਥੇ ਆਪਣਾ ਫਿਰਨ ਦਿਆਂ ਸੀ ਪੋਚਾ, ਅਤੇ ਅੱਗੇ ਵੀ ਇੱਕ ਦਿਨ ਫੇਰਿਆ ਸੀ, ਬਟ ਉੱਦਣ ਤਾਂ ਮਾਸਾ ਨਹੀਂ ਰਲਿਆ। ਬਟ ਅੱਜ ਮੈਂ ਸੋਚਿਆ ਕਿ ਮੰਮੀ ਦੇ ਨਾਲ ਹੀ ਪੋਚਾ ਲਾਉਣਾ, ਕਿਉਂਕਿ ਮੰਮੀ ਐਂ ਰੀਝਾਂ ਲਾ ਲਾ ਫੇਰਦੀ ਰਹਿੰਦੀ ਆ, ਅਤੇ ਐਂ ਵਧੀਆ ਤਰੀਕੇ ਨਾਲ ਫੇਰਦੀ ਮੰਮੀ ਪੋਚਾ। ਅਤੇ ਮੈਂ ਵੀ ਸੋਚਿਆ ਕਿ ਮੈਂ ਵੀ ਇੱਦਾਂ ਹੀ ਫੇਰਨਾ ਵਾ। ਅਤੇ ਇੱਥੇ ਸਿਕੰਦਰ ਸੁਲਤਾਨ ਉਹਨਾਂ ਦੀ ਮਸਤੀ, ਹੁਣ ਇਹਨਾਂ ਨੂੰ ਪਤਾ ਕਿ ਸਾਡੀ ਮੰਮੀ ਕੰਮ ਕਰਨ ਦੇ, ਅਤੇ ਅਸੀਂ ਵੀ ਨਹੀਂ ਰੋਣਾ। ਬਟ ਉਹ ਜਿਹੜਾ ਸੁਲਤਾਨ, ਉਹ ਤਾਂ ਬਹੁਤ ਜ਼ਿਆਦਾ ਰੋਂਦਾ ਸੀ ਨਾ, ਵਿੱਚੋਂ ਵਿੱਚੋਂ ਉਹਨੂੰ ਦੁੱਧ ਵੀ ਦੇਣਾ ਪਿਆ। ਅਤੇ ਵੈਸੇ ਵੀ ਉਹਨਾਂ ਦਾ ਚਾਚਾ ਉਹਨਾਂ ਦੇ ਕੋਲ ਹੀ ਬੈਠਾ ਸੀ, ਉਹ ਵਾਧੂ ਸੰਭਾਲ ਲੈਂਦਾ, ਜਾ ਕੇ ਉਹ ਵਾਧੂ ਉਹਨਾਂ ਦੀ ਕੇਅਰ ਕਰ ਲੈਂਦਾ, ਵਾਧੂ ਉਹਨਾਂ ਦਾ ਕਰਦਾ।
ਉਹਦੇ ਨਾਲ ਤਾਂ ਵਾਧੂ ਖੁਸ਼ ਰਹਿੰਦੇ ਆ, ਮੇਰੇ ਨਾਲ ਭਾਵੇਂ ਘੱਟ ਹੀ ਰਹਿਣ। ਚਲੋ ਇੱਦਾਂ ਹੀ ਆ ਜੀ, ਘਰਾਂ ਦੇ ਵਿੱਚ ਦਿਨ ਲੰਘਦੇ ਜਾਣ, ਟੱਪਦੇ ਜਾਣ, ਖੁਸ਼ੀ ਖੁਸ਼ੀ ਉਹੀ ਵਧੀਆ ਰਹਿੰਦੇ ਆ। ਵੈਸੇ ਆਪਾਂ ਨੂੰ ਅਜੇ ਵੀ ਮਤਲਬ ਕਿ ਲੋਕ ਸ਼ਹਿਰਾਂ ਦੇ ਵਿੱਚ ਜਾਈ ਜਾਂਦੇ ਆ, ਪਿੰਡਾਂ ਦੇ ਵਿੱਚ ਤਾਂ ਕੋਈ ਕੋਈ ਰਹਿ ਗਿਆ, ਅਤੇ ਪਿੰਡਾਂ ਦੇ ਵਿੱਚ ਵੀ ਲੋਕ ਥਾਂ ਪੱਕੇ ਕਰਾਈ ਜਾਂਦੇ ਆ, ਇਹੋ ਜਿਹਾ ਤਾਂ ਸਿਸਟਮ ਹੈਗਾ ਹੀ ਨਹੀਂ ਨਾ ਕਿਸੇ ਦੇ। ਚਲੋ ਕੋਈ ਨਹੀਂ, ਗਾਹ ਹੁਣ ਕੀ ਪਤਾ, ਵੇਖੋ ਦੁਨੀਆ ਯੁੱਗ ਬਦਲਦਾ ਜਾਂਦਾ, ਯੁੱਗ ਬਦਲਣ ਦੇ ਨਾਲ ਹੀ ਇਹ ਸਾਰਾ ਕੁਝ ਬਦਲੀ ਜਾਂਦੇ ਆ। ਤੁਸੀਂ ਸਾਰੇ ਜਾਣੇ ਕਮੈਂਟ ਕਰਕੇ ਦੱਸਿਆ ਕਰੋ ਕਿ ਮੇਰੀ ਵੀਡੀਓ ਕਿੱਦਾਂ ਦੀ ਹੁੰਦੀ ਆ, ਲਾਈਕ ਜ਼ਰੂਰ ਕਰਕੇ ਜਾਇਆ ਕਰੋ, ਅਤੇ ਜੇ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਅਤੇ ਮੇਰੇ ਨਿਊ ਸਬਸਕ੍ਰਾਈਬਰਾਂ ਦਾ ਬਹੁਤ ਬਹੁਤ ਧੰਨਵਾਦ, ਦਿਲੋਂ ਧੰਨਵਾਦ ਕਰਦੀ ਹਾਂ ਮੇਰੇ ਸਾਰੇ ਹੀ ਸਬਸਕ੍ਰਾਈਬਰਾਂ ਦਾ। ਪਲੀਜ਼ ਆਪਣੇ ਡੇਲੀ ਪਿਆਰੇ ਪਿਆਰੇ ਕਮੈਂਟ ਕਰਦੇ ਰਿਹਾ ਕਰੋ, ਤਾਂ ਕਿ ਮੈਨੂੰ ਵੱਧ ਤੋਂ ਵੱਧ ਸਪੋਰਟ ਮਿਲੇ, ਵੱਧ ਤੋਂ ਵੱਧ ਤੁਹਾਡਾ ਹੌਸਲਾ ਮਿਲੇ, ਅਤੇ ਤੁਸੀਂ ਜੁੜੇ ਰਹੋ ਮੇਰੇ ਇੱਦਾਂ ਹੀ ਨਾਲ, ਅਤੇ ਮੈਂ ਵੀ ਤੁਹਾਡੇ ਵਾਸਤੇ ਨਵੀਆਂ ਤੋਂ ਨਵੀਆਂ ਵੀਡੀਓ ਲੈ ਕੇ ਆਇਆ ਕਰੂੰ, ਪਿੰਡਾਂ ਦਾ ਮਾਹੌਲ ਦਿਖਾਇਆ ਕਰੂੰ ਕਿੱਦਾਂ ਦਾ, ਰੋਜ਼ ਦੀ ਤੁਹਾਨੂੰ ਨਿੱਕੀ ਨਿੱਕੀ ਵੀਡੀਓ ਬਣਾ ਕੇ ਦਿਖਾਇਆ ਕਰੂੰ, ਕਿਉਂਕਿ ਮੇਰੇ ਨਾ ਟਵਿੰਸ ਬੇਬੀ ਆ, ਇਸ ਕਰਕੇ ਮੇਰੇ ਤੋਂ ਲੌਂਗ ਵੀਡੀਓ ਨਹੀਂ ਬਣਦੀ, ਸੋਰੀ। ਜਿੰਨੀ ਕੁ ਮੇਰੇ ਤੋਂ ਬਣ ਹੁੰਦੀ ਆ ਮੈਂ ਉੱਨੀ ਕੁ ਮਤਲਬ ਤੁਹਾਡੇ ਵਾਸਤੇ ਅਪਲੋਡ ਕਰ ਦਿੰਦੀ ਹਾਂ। ਦੇਖੋ ਜੀ, ਬੱਚਿਆਂ ਦਾ ਵੀ, ਬੱਚਿਆਂ ਦੀ ਵੀ ਕੇਅਰ ਕਰਨੀ ਹੁੰਦੀ ਆ, ਬੱਚੇ ਵੀ ਦੇਖੋ ਤੁਹਾਨੂੰ ਜਦੋਂ ਜਿੱਦ ਪੈ ਜਾਂਦੇ ਆ ਜਿਹਦੇ, ਉਦੋਂ ਤਾਂ ਦੇਖੋ ਕੁਛ ਨਹੀਂ ਹੁੰਦਾ, ਭਾਵੇਂ ਘਰ ਦੇ ਕੰਮ ਭਾਵੇਂ ਜਿਹੜਾ ਮਰਜ਼ੀ, ਅਤੇ ਹੁਣ ਇਹਨਾਂ ਨੂੰ ਪਤਾ ਵਾ ਸਾਡੀਆਂ ਮੰਮੀਆਂ ਕੰਮ 'ਤੇ ਲੱਗੀਆਂ ਵਾ, ਅਤੇ ਅਸੀਂ ਨਾ ਹੀ ਰੋਈਏ। ਔਰ ਵੇਖ ਲਓ ਸੁਲਤਾਨ ਉੱਠ ਉੱਠ ਤੇ ਬਹਿੰਦਾ ਵਾ ਕਿ ਮੈਨੂੰ ਆ ਕੇ ਚੱਕੇ, ਇਹਨੇ ਬਹੁਤ ਹੀ ਸਤਾਇਆ ਵਾ, ਪਿੱਛੋਂ ਜਦੋਂ ਮੈਂ ਵੀਡੀਓ ਬੰਦ ਕਰਤੀ ਸੀ ਨਾ, ਇਹਨੇ ਤਾਂ ਇੰਨਾ ਦੁਖੀ ਕੀਤਾ ਨਾ ਮੈਨੂੰ, ਸੱਚੀ ਮੈਨੂੰ ਦੋ ਤਿੰਨ ਵਾਰੀ ਹੱਥ ਧੋ ਕੇ ਅਤੇ ਇਹਨੂੰ ਚੱਕਣਾ ਪਿਆ, ਅਤੇ ਮੈਂ ਦੋ ਤਿੰਨ ਵਾਰੀ ਨਾ ਆਪਣੇ ਲਿਬੜੇ ਹੱਥ ਵੀ ਦਿਖਾਏ ਸੀ, ਅਤੇ ਉਦੋਂ ਨਹੀਂ ਸੀ ਆਉਂਦਾ ਮੇਰੇ ਕੋਲ, ਕਹਿੰਦਾ ਮੈਂ ਨਹੀਂ ਹੋਣਾ ਸਿਕੰਦਰ ਵਿਚਾਰਾ ਭੋਲਾ ਮੇਰਾ ਪੁੱਤ, ਉਹ ਬੈਠਾ ਰਹਿੰਦਾ ਵਾ ਕਿ ਉੱਠ ਜਾ ਬਣੀ। ਇੱਕ ਤਾਂ ਇਹਨਾਂ ਦੇ ਸਿਰ ਵਾਈਦੇ ਆ ਅਤੇ ਸਿਰ ਤੇ ਰਬੜਾ ਨਹੀਂ ਰਹਿਣ ਦਿੰਦੇ, ਇੱਕ ਵਾਲ ਵੱਡੇ ਹੋਏ ਆ ਅਤੇ ਐਂ ਖਲਾਰਾ ਪਾ ਹੀ ਛੱਡਦੇ ਆ ਉਹਦੇ ਵਾਲਾਂ ਦਾ। ਅਤੇ ਇੱਥੇ ਆਪਣਾ ਅੱਧਾ ਫਿਰ ਗਿਆ ਸੀ, ਅੱਧਾ ਹੀ ਰਹਿ ਗਿਆ ਉੱਧਰੋਂ। ਇੱਥੇ ਨਾ ਆਪਾਂ ਰਾਤ ਨੂੰ ਮੰਜੇ ਡਾਉਂਦੇ ਹਾਂ, ਅਤੇ ਮੈਂ ਕਿਹਾ ਹਾਲੇ ਮਾੜੀ ਮਾੜੀ ਧੁੱਪ ਹੈਗੀ ਹੈ, ਨਾਲੇ ਹਵਾ ਪੇਕੇ ਸੁੱਕ ਜੂਗਾ, ਅਤੇ ਇਹਨੂੰ ਪੱਖਾ ਵੀ ਲਾਇਆ ਸੀ ਸੁੱਕਣ ਵਾਸਤੇ। ਚਲੋ ਜੀ, ਇਹ ਤਾਂ ਆਪਣਾ ਰਹਿ ਗਿਆ ਥੋੜ੍ਹਾ ਜਿਹਾ, ਦੇਖੋ ਇੱਥੇ ਤਾਂ ਆਪਣਾ ਸਾਰਾ ਫਿਰ ਗਿਆ ਉੱਧਰਲੀ ਸਾਈਡ, ਅਤੇ ਫਿਰ ਕੇ ਮੰਜੇ ਨਾਲ ਅਤੇ ਹੁਣ ਉੱਧਰਲੀ ਸਾਈਡ ਰਹਿ ਗਿਆ, ਅਤੇ ਕੱਪੜਿਆਂ ਦਾ ਆਪਣਾ ਸਾਰਿਆਂ ਦਾ ਪਾਣੀ ਨੁੱਚੜ ਗਿਆ ਸੀ, ਅਤੇ ਦੇਖੋ ਕਿੰਨਾ ਨੇ ਰੋ ਗਿਆ ਸੀ। ਸ਼ਾਮ ਦੇ 7 ਵੱਜ ਗਏ ਸੀ। ਅਤੇ ਜੇ ਤੁਹਾਨੂੰ ਮੇਰੀ ਵੀਡੀਓ ਥੋੜ੍ਹੀ ਜਿਹੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਕੇ ਜਾਇਆ ਕਰੋ, ਅਤੇ ਜੇ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਅਤੇ ਮੈਂ ਪੋਚੇ ਦੀ ਫਾਈਨਲ ਲੁੱਕ ਤੁਹਾਨੂੰ ਅਗਲੀ ਵੀਡੀਓ 'ਚ ਦਿਖਾਊਂਗੀ, ਅੱਜ ਮੇਰੇ ਤੋਂ ਦਿਖਾਉਣੀ ਹੋਈ ਕਿਉਂਕਿ ਹਨੇਰਾ ਕਾਫੀ ਜ਼ਿਆਦਾ ਹੋ ਗਿਆ ਸੀ। ਆਪਣੇ ਦਾਲ ਸਬਜ਼ੀ ਤਾਂ ਬਣੀ ਸੀ, ਬਸ ਰੋਟੀ ਲਾਉਣੀ ਸੀ। ਪਲੀਜ਼ ਵੀਡੀਓ 'ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ, ਇਦੋਂ ਵੀ ਵਧੀਆ ਵਧੀਆ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਵਾਂਗੀ। ਅਤੇ ਪਲੀਜ਼ ਕਮੈਂਟ ਕਰਕੇ ਵੀ ਦੱਸਿਓ ਕਿ ਵੀਡੀਓ ਕਿੱਦਾਂ ਦੀ ਹੈ। ਆਪਾਂ ਮਿਲਦੇ ਹਾਂ ਨੈਕਸਟ ਵਲੌਗ ਦੇ ਨਾਲ, ਬਾਏ ਬਾਏ, ਟੇਕ ਕੇਅਰ। ਅਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਜਾਇਆ ਕਰੋ, ਅਤੇ ਲਾਈਕ ਕਰਨਾ ਨਾ ਭੁੱਲਿਆ ਕਰੋ, ਅਤੇ ਜੇ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ। ਬਾਏ ਬਾਏ, ਟੇਕ ਕੇਅਰ।